ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ। ਦੇਸ਼ ਦੇ ਵਿੱਚ ਨਟਵਰ ਲਾਲਾਂ ਦੀ ਕਮੀ ਨਹੀਂ ਹੈ। ਦੇਖਣ ਦੇ ਆਵੇ ਪਿਛਲੀ ਹਿਸਟਰੀ ਖੋਲ ਕੇ ਦੇਖੀਏ ਤੇ ਇੱਕ ਨਟਵਰ ਲਾਲ ਨੇ 2 ਵਾਰ ਕੁਤੁਬ ਮਿਨਾਰ ਵੇਚਤਾ, 3 ਵਾਰ ਤਾਜ ਮਹਿਲ ਵੀ ਵੇਚਤਾ। ਇੱਦਾਂ ਦਾ ਹੀ ਇੱਕ ਨਟਵਰ ਲਾਲ ਹੋਰ ਸਾਹਮਣੇ ਆਇਆ ਜਿਸਨੇ ਚਰਚ ਜਿਹੜੀ ਹੈਗੀ ਆ ਗੋਲਕ ਨਾਥ ਚਰਚ ਜਿਹੜੀ ਆਦਰਸ਼ ਨਗਰ ਜਲੰਧਰ ਦੇ ਵਿੱਚ ਹੈਗੀ ਹੈ ਇਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਆ ਔਰ 5 ਕਰੋੜ ਰੁਪਏ ਦਾ ਜਿਹੜਾ ਆਪਾਂ ਸਾਈ ਬਿਆਨਾ ਹੈਗਾ ਉਹ ਵੀ ਕਰ ਲਿਆ। 150 ਸਾਲ ਪੁਰਾਣੀ ਇਹ ਚਰਚ ਹੈਗੀ ਹੈ ਤੇ ਜਦੋਂ ਇਸਦੀ ਭਿਣਕ ਲੱਗੀ ਇਸ ਚਰਚ ਦੇ ਨਾਲ ਰਿਲੇਟਡ ਲੋਕਾਂ ਨੂੰ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ SDM ਜਲੰਧਰ, DC ਜਲੰਧਰ ਤੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਤੁਰੰਤ ਇਸਦੀ ਸ਼ਿਕਾਇਤ ਦਿੱਤੀ ਤੇ ਜਿਸ ਦੇ ਕਾਰਨ ਜਿਹੜੀ ਰਜਿਸਟਰੀ ਹੋਣੀ ਸੀ 2 ਦਿਨ ਬਾਅਦ ਉਸ ਤੇ ਰੋਕ ਲੱਗ ਗਈ। ਤੇ ਹੁਣ ਜਿਹੜੇ ਇਸ ਮਾਮਲੇ ਦੇ ਵਿੱਚ ਅਧਿਕਾਰੀ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ। ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ 2 ਕੁ ਦਿਨ ਪਹਿਲਾਂ ਸ਼ਿਕਾਇਤ ਰਜਿਸਟਰ ਹੋਈ ਹੈ ਔਰ ਉਹਨਾਂ ਕੋਲ ਰਜਿਸਟਰ ਕੱਲ ਹੀ ਕੰਪਲੇਂਟ ਉਹਨਾਂ ਕੋਲ ਆਈ ਹੈ ਜਿਹਦੇ ਮਾਮਲੇ ਦੇ ਵਿੱਚ ਉਹ ਤਹਿਕੀਕਾਤ ਕਰ ਰਹੇ ਨੇ ਤੇ ਕੀ ਤੱਥ ਆਉਂਦੇ ਨੇ, ਕੀ ਸਾਹਮਣੇ ਨਿਕਲ ਕੇ ਆਉਂਦਾ, ਕਿਹੜੇ ਕਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਬੁਲਾਇਆ ਵੀ ਗਿਆ ਹੈਗਾ ਪਰ ਕੀ ਸਾਹਮਣੇ ਨਿਕਲ ਕੇ ਆਉਂਦਾ, ਕੀ ਉਹਨਾਂ ਵੱਲੋਂ ਤੱਥ ਰੱਖੇ ਜਾਂਦੇ ਨੇ ਜਾਂ ਕੌਣ ਕੌਣ ਲੋਕ ਇਸ ਮਾਮਲੇ ਦੇ ਵਿੱਚ ਸ਼ਮੂਲਤ ਹੈਗੇ ਹੈ ਇਹ ਆਉਣ ਵਾਲਾ ਸਮੇਂ ਦੱਸੇਗਾ। ਪਰ ਫਿਲਹਾਲ ਇਹ ਸੌਦਾ ਕਿੰਨੇ ਦੇ ਵਿੱਚ ਹੋਇਆ, ਕਿਉਂਕਿ 5 ਕਰੋੜ ਦਾ ਸਾਈ ਬਿਆਨਾ ਹੋਇਆ, ਇਹ ਸੌਦਾ ਕਿੰਨੇ ਵਿੱਚ ਹੋਇਆ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹਦੇ ਵਿੱਚ ਟਰੱਸਟ ਦੇ ਸਕੱਤਰ ਅਮਿਤ ਕੇ ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ ਮੰਗਲਵਾਰ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਗੋਲਕ ਨਾਥ ਮੈਮੋਰੀਅਲ ਚਰਚ CNI ਦੀ ਰਜਿਸਟ੍ਰੇਸ਼ਨ 2 ਦਿਨ ਬਾਅਦ ਹੋਣ ਵਾਲੀ ਹੈ ਜਦੋਂ ਚਰਚ ਦੇ ਦੀ 24 ਕਨਾਲ ਤੋਂ ਵੱਧ ਜ਼ਮੀਨ 5 ਕਰੋੜ ਦੀ ਬਕਾਇਆ ਰਕਮ ਦੀ ਕਾਪੀ ਉਹਨਾਂ ਕੋਲ ਪੁੱਜੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਇਆ ਜੋਰਡਨ ਮਸੀਹ ਵਾਸੀ ਈਸਾਨਗਰ ਲੁਧਿਆਣਾ ਦੱਸ ਦਈਏ ਕਿ ਟਰੱਸਟ ਦੇ ਸਕੱਤਰ ਅਮਿਤ ਕੇ ਪ੍ਰਕਾਸ਼ ਨੇ ਦੱਸਿਆ ਕਿ ਮੰਗਲਵਾਰ ਉਹਨਾਂ ਨੂੰ ਪਤਾ ਲੱਗਿਆ ਸੀ ਗੋਲਕ ਨਾਥ ਮੈਮੋਰੀਅਲ ਚਰਚ CNI ਦੀ ਰਜਿਸਟ੍ਰੇਸ਼ਨ 2 ਦਿਨ ਬਾਅਦ ਹੋਣ ਵਾਲੀ ਹੈ ਜਦੋਂ ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਦੀ 5 ਕਰੋੜ ਰੁਪਏ ਦੀ ਬਕਾਇਆ ਰਕਮ ਦੀ ਕਾਪੀ ਉਹਨਾਂ ਕੋਲ ਪੁੱਜੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੋਰਡਨ ਮਸੀਹ ਵਾਸੀ ਈਸਾਨਗਰ ਲੁਧਿਆਣਾ ਨੇ ਬਾਬਾ ਦੱਤ ਨਾਮਕ ਵਿਅਕਤੀ ਜਿਹੜਾ ਕਿ ਜਲੰਧਰ ਲਾਡੋ ਵਾਲੀ ਰੋਡ ਦਾ ਰਹਿਣ ਵਾਲਾ ਹੈ ਉਸ ਨੂੰ ਸੌਦਾ ਕੀਤਾ ਸੀ। ਇਸ ਦਾ ਪਤਾ ਲੱਗਣ 'ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਲੰਧਰ ਆ ਕੇ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਮਿਲ ਕੇ ਸਾਰੀ ਗੱਲਬਾਤ ਦੱਸੀ। ਤਹਿਸੀਲਦਾਰ ਦੇ ਕਹਿਣ 'ਤੇ ਉਹਨਾਂ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ, ਚਰਚ ਦੀ ਜ਼ਮੀਨ ਦੀ ਰਜਿਸਟਰੀ ਰੁਕਵਾਈ ਗਈ। ਇਸ ਤੋਂ ਬਾਅਦ SDM ਅਤੇ DC ਨੂੰ ਲਿਖਤੀ ਤੌਰ 'ਤੇ ਸ਼ਿਕਾਇਤ ਦਿੱਤੀ। ਜੋਰਡਨ ਮਸੀਹ ਖਿਲਾਫ਼ ਕੇਸ ਦਰਜ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋਰਡਨ ਮਸੀਹ ਨੇ ਯੂਨਾਈਟਿਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਨਾਂ 'ਤੇ ਫਰਜ਼ੀ ਟਰੱਸਟ ਬਣਾ ਕੇ ਇਹ ਧੋਖਾਧੜੀ ਕੀਤੀ ਹੈ। ਉਸਨੇ ਚਰਚ ਦੀ ਜ਼ਮੀਨ ਦਾ ਖਸਰਾ ਨੰਬਰ ਵੀ ਲਿਖ ਦਿੱਤਾ ਹੈ। ਉਹ ਇਸ ਫਰਜ਼ੀ ਟਰੱਸਟ ਦੀ ਮਦਦ ਨਾਲ ਚਰਚ ਨੂੰ ਵੇਚਣ ਜਾ ਰਿਹਾ ਸੀ। ਇਸ ਵੇਲੇ ਉਹ ਸਿਰਫ ਜੋਰਡਨ ਮਸੀਹ ਅਤੇ ਬਾਬਾ ਦੱਤ ਨਾਂ ਨੂੰ ਹੀ ਜਾਣਦੇ ਨੇ, ਉਹਨਾਂ ਨੂੰ ਹੋਰ ਕਿਸੇ ਬਾਰੇ ਵੀ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੂੰ ਫਿਲਹਾਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਔਰ ਇਸ ਬਾਬਤ ਜਿਹੜੇ ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਇਸ ਬਾਰੇ ਕਿਵੇਂ ਜਾਣਕਾਰੀ ਹਾਸਲ ਹੋਈ ਹੈ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਿਹੜੀ ਜਾਣਕਾਰੀ ਸਾਨੂੰ ਦਿੱਤੀ ਆ ਉਹ ਵੀ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ। ਸਾਡੇ ਕੋਲ ਕੰਪਲੇਂਟ ਸਾਨੂੰ ਕੱਲ੍ਹ ਸ਼ਾਮੀ ਰਿਸੀਵ ਹੋਈ ਸੀਗੀ
ਸਰਵਮ ਸੀਐਲ ਨੂੰ, ਉਹਨਾਂ ਨੇ ਇਹ ਐਲੀਗੇਸ਼ਨ ਲਗਾਇਆ ਕਿ ਕੁਝ ਬੰਦਿਆਂ ਨੇ ਜਿਹੜਾ ਇੰਟਰਸਟੀ ਜਿਹੀ ਜਗ੍ਹਾ ਨੂੰ ਜਾਣਾ ਕੀਤਾ ਵੇਚਣ ਵਾਸਤੇ। ਉਹਦੇ ਬਾਰੇ ਜਾਂਚ ਜਿਹੜੀ ਅਸੀਂ ਕਰ ਰਹੇ ਹਾਂ ਅਤੇ ਇੱਕ ਦੋ ਦਿਨਾਂ ਵਿੱਚ ਅਸੀਂ ਦਰਜ ਜਿਹੜਾ ਸਰਵਮ ਸੀਐਲ ਅਜੇ ਅਜੇ ਤਾਂ ਜਸਟ ਸਾਡੇ ਕੋਲ ਕੰਪਲੇਂਟ ਆਈ ਹੈ, ਅਸੀਂ ਇਹਦੀ ਪੂਰੀ ਤਹਿ ਤੱਕ ਜਾਵਾਂਗੇ ਕੀ ਮਾਮਲਾ ਦਾ, ਕਿਸ ਬੰਦੇ ਨੇ ਤਿਆਰ ਕੀਤੇ, ਕਿੱਥੋਂ ਤਿਆਰ ਹੋਏ ਆ, ਕੌਣ ਕੌਣ ਬੰਦਾ ਇਨਵੋਲਵ ਆ, ਕਿਹਨੂੰ ਵੇਚੀ ਗਈ ਆ, ਕਿੰਨੇ ਪੈਸੇ ਲਏ ਗਏ, ਉਹ ਸਾਰੀ ਚੀਜ਼ਾਂ ਜਿਹੜੀਆਂ ਉਹ ਫਿਰ ਬਾਅਦ ਤਸਦੀਕ ਜਿਹੜੀ ਆ ਉਹ ਸਾਡੇ ਧਿਆਨ 'ਚ ਨਹੀਂ। ਅਜੇ ਨਹੀਂ, ਅਜੇ ਨਹੀਂ, ਅਜੇ ਕੁਛ ਨਹੀਂ, ਅਜੇ ਤਾਂ ਅਸੀਂ ਇਹਨੂੰ ਪ੍ਰੋਪਰ ਢੰਗ ਨਾਲ ਜਿਹੜਾ ਉਹ ਵੈਰੀਫਾਈ ਨਹੀਂ ਕਰ ਪਾਏ ਨਾ, ਸਾਡੇ ਕੋਲ ਆਈ ਹੈ ਜਸਟ, ਟਾਈਮ ਲੱਗੂ ਇੱਕ ਦੋ ਦਿਨ ਲੱਗਣਗੇ ਆਪਾਂ ਨੂੰ ਕਰਕੇ, ਉਸ ਤੋਂ ਬਾਅਦ ਵਿੱਚ ਫਿਰ ਜਿਹੜੀ ਆ ਕੰਪਲੇਂਟ ਸੰਮਨ ਕੀਤਾ ਉਹ ਆਪਾਂ ਨੂੰ 12 ਵਜੇ ਤੋਂ ਬਾਅਦ ਵਿੱਚ ਜਿਹੜਾ ਉਹ ਪੇਸ਼ ਹੋਏਗਾ ਫਿਰ ਉਸ ਤੋਂ ਬਾਅਦ ਜਿਹੜੀ ਆ। ਫਿਲਹਾਲ ਨਵੀਂ ਤੇ ਤਾਜ਼ਾ ਅਪਡੇਟ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਨਾਲ, ਮੈਨੂੰ ਦਿਓ ਇਜਾਜ਼ਤ, ਧੰਨਵਾਦ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।